ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਵੇਦ, ਅਤੇ ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਸਾਡਾ ਦੇਸ਼ ਪੰਜਾਬ ਟੀ ਵੀ। ਜਿੱਦਾਂ ਕਿ ਮੈਂ ਰੋਜ਼ ਵੀਰਾਂ ਲਈ ਕੋਸ਼ਿਸ਼ ਕਰਨਾ ਖੂਬਸੂਰਤ ਅਤੇ ਜਨਾਬ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਨਿਸਬਤ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਅੱਜ ਫਿਰ ਵੀਡੀਓ ਲੈ ਕੇ ਹਾਜ਼ਰ ਹਾਂ। ਜਨਾਬ ਇਹ ਬੜੇ ਮੇਰੇ ਅੱਛੇ ਸਬਸਕ੍ਰਾਈਬਰ ਵੀ ਨੇ, ਮੇਰੇ ਭਾਈ ਵੀ ਨੇ, ਔਰ ਜਨਾਬੇ ਲਈ ਆਏ ਨੇ ਸਰਗੋਧਾ ਤੋਂ। ਉਹਨਾਂ ਨੇ ਇਹ ਜਾਨਵਰ ਪਰਚੇਜ਼ ਕੀਤਾ, ਔਰ ਭਾਈ ਹੋਰਾਂ ਤੋਂ ਪੁੱਛਾਂਗੇ ਆ ਕੇ ਜਾਨਵਰ ਜੋ ਦੇਖਿਆ ਉਹ ਹੀ ਲੱਗਿਆ ਕਿ ਕੋਈ ਫਰਕ ਲੱਗਿਆ। ਅਸਲਾਮ ਵਾਲੇਕਮ ਭਾਈ ਜਾਨ। ਭਾਈ ਜਾਨ ਕੀ ਹਾਲ ਚਾਲ ਨੇ ਜੀ? ਠੀਕ ਠਾਕ ਹੋ ਸਰ? ਸਰ ਤੁਹਾਡੇ ਆਪਣੇ ਭਾਈ ਦੀ ਮਹਿਮਾਨ ਨਵਾਜ਼ੀ ਤੁਹਾਨੂੰ ਕਿਹੋ ਜਿਹੀ ਲੱਗੀ ਇੱਥੇ ਭਾਈਆਂ ਦਾ ਸਾਡੇ ਨਾਲ? ਤੁਹਾਨੂੰ ਆ ਕੇ ਇਹ ਫੀਲ ਹੋਇਆ ਕਿ ਸ਼ੁਰੂ ਦਾ ਆਪਣਾ ਤਲਕ ਹੈ ਕਿ ਹੁਣ ਇਹ ਲੱਗਿਆ ਕਿ ਜਨਾਬ ਨਵਾਂ ਤਲਕ? ਜੀ ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਸਰ। ਅਤੇ ਜਨਾਬ ਆਇਆਂ ਨੂੰ ਆਪਣੇ ਜੋ ਜਾਨਵਰ ਮੁੱਕੇ ਸੀ ਉਹਦੇ 'ਚ ਮੁਹੱਬਤ ਕਰਾਈ ਕਿ ਨਹੀਂ ਕਰਾਈ ਜੀ? ਅੱਛਾ ਜੀ, ਅਤੇ ਜਨਾਬ ਜਾਨਵਰ ਪਸੰਦ ਆਇਆ ਮੇਰੇ ਭਾਈ ਨੂੰ? ਅਤੇ ਜੋ ਵੀਡੀਓ 'ਚ ਦੇਖਿਆ ਸੀ ਉਹ ਹੀ ਹੈ? ਅਤੇ ਉਹਦੇ 'ਚ ਕੋਈ ਫਰਕ ਤਾਂ ਨਹੀਂ ਨਿਕਲਿਆ? ਮੇਰੇ ਭਾਈ ਨੇ ਜੀ ਮੱਝ ਲਈ ਜੀ, ਅੱਲਾਹ ਤਾਲਾ ਮੇਰੇ ਭਰਾ ਦੇ ਨਸੀਬ 'ਚ ਕਰੇ। ਅਤੇ ਭਾਈ ਨੇ ਕਿਹਾ ਰੇਟ ਸ਼ੋਅ ਨਹੀਂ ਕਰਨਾ ਜਨਾਬ, ਅਤੇ ਮੇਰੇ ਭਰਾ ਨੇ ਲੈ ਲਈ, ਅੱਲਾਹ ਤਾਲਾ ਇਹਨੂੰ ਖੈਰ ਹੀ ਸਲਾਮਤੀ ਮੰਜ਼ਲੇ ਮਕਸੂਦ 'ਤੇ ਪਹੁੰਚਾਏ। ਅਤੇ ਸਾਡੀ ਇਹ ਹੈ ਜੀ, ਕਦੋਂ ਜਾਨਵਰ ਫੋਸੀ ਕਰ ਦੇਵੇ ਨਾ ਜੀ ਕਿੱਲੇ 'ਤੇ ਜਾਣ ਲੱਗਿਆ, ਤਾਂ ਇਨਸ਼ਾਅੱਲਾ ਤਾਂ ਉਹਦੇ 'ਚ ਵਫਾ ਹੁੰਦਾ ਜੀ, ਇਨਸ਼ਾਅੱਲਾ ਤਾਂ ਇਹਦੇ 'ਚ ਵਫਾ ਹੋਏਗਾ ਜੀ। ਹਾਂਜੀ, ਇਹ ਵਪਾਰੀਆਂ ਦੀ ਅਤੇ ਸਾਡੇ ਜੂਹ ਦੀ ਬੰਦਿਆਂ ਦੀ ਨਾ ਇਹ ਗੱਲ ਹੈ ਕਿ ਯਾਰ ਜਿਹੜੀ ਕਿੱਲੇ 'ਤੇ ਜਾਣ ਲੱਗਿਆ ਮੱਝ ਕਰ ਦੇਵੇ ਨਾ ਫੋਸੀ, ਅਤੇ ਉਹਦੇ 'ਚ ਵਫਾ ਹੀ ਵਫਾ ਹੈ। ਇਹ ਜਨਾਬ ਮੇਰੇ ਵੀਰ ਦੇਖ ਲੈਣ, ਹਮੇਸ਼ਾ ਤੋਂ ਤੁਹਾਡੇ ਵੀਰ ਨੇ ਆਪਣੇ ਵੀਰਾਂ ਦੀਆਂ ਤਸੱਲੀਆਂ ਕਰਾਈਆਂ ਨੇ, ਕਦੇ ਵੀ ਕੋਈ ਗੱਲ ਰਹਿਣ ਨਹੀਂ ਦਿੱਤੀ। ਇਹ ਜਨਾਬ ਇਹਦੇ ਮਗਰ ਕੱਟਾ ਸੀ ਜੀ, ਭਾਈ ਸਾਹਿਬ ਬਜ਼ੁਰਗ ਨੇ ਸਾਡੇ ਆਏ ਨੇ ਜੀ, ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਦੇਵੇ ਲੰਮੀ ਜੀ, ਅਤੇ ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ ਸਾਡੇ ਭਾਈਆਂ 'ਤੇ ਜੀ, ਅਤੇ ਅੱਲਾਹ ਤਾਲਾ ਤੰਦਰੁਸਤੀ ਦਿੱਤੀ ਰੱਖੇ, ਅਤੇ ਅੱਲਾਹ ਤਾਲਾ ਨਸੀਬ 'ਚ ਕਰੇ ਜੀ ਦੁੱਧ ਪੀਣਾ ਜੀ। ਇਹ ਜਨਾਬ ਕੱਟਿਆ ਜੀ ਮਗਰ ਜੀ, ਭਾਈ ਹੋਰਾਂ ਨੇ ਕਿਹਾ ਕਿ ਮੱਝ ਵੀ ਚੰਗੀ ਲੱਗੀ ਅਤੇ ਕੱਟਾ ਵੀ ਮੈਨੂੰ ਚੰਗਾ ਲੱਗਿਆ, ਅਤੇ ਭਾਈ ਸ਼ੌਕੀਨ ਨੇ ਬੜੇ, ਅੱਲਾਹ ਤਾਲਾ ਭਾਈ ਦੇ ਨਸੀਬ 'ਚ ਕਰੇ। ਜਨਾਬ ਅਗਰ ਮੇਰੀ ਅੱਜ ਵਾਲੀ ਵੀਡੀਓ ਪਸੰਦ ਆਉਂਦੀ ਹੈ ਤਾਂ ਬਦਲੇ ਮੈਂ ਆਪਣੇ ਵੀਰਾਂ ਤੋਂ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਮੰਗਣਾ ਉਹ ਕਰਨਾ ਨਾ ਭੁੱਲਿਆ ਕਰੋ। ਲਾਈਕ ਅਤੇ ਸ਼ੇਅਰ ਅਤੇ ਕਮੈਂਟ ਦੋਸਤੋ ਜ਼ਰੂਰ ਕੀਤਾ ਕਰੋ। ਲੈਣੇ ਦੇਣੇ ਹੁੰਦੇ ਨੇ ਨਸੀਬ, ਹਮੇਸ਼ਾ ਤੋਂ ਤੁਹਾਡੇ ਵੀਰ ਨੇ ਕੋਸ਼ਿਸ਼ ਕੀਤੀ ਹੈ ਕਿ ਵੀਰਾਂ ਨੂੰ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ ਜਨਾਬ। ਅਤੇ ਹੁਣ ਛੱਡੋ ਜੀ ਆਈ ਸਾਹਿਬ, ਇਹਨੂੰ ਲੜਾਈ ਕਰਾਈਏ। ਠੀਕ ਠਾਕ ਪੁੱਤਰ, ਤੂੰ ਸੁਣਾ ਫਿੱਟ ਹੈ? ਚਲੋ ਬੜੀ ਗੱਲ, ਤਰਪਾਲ ਪਵਾ ਦਿੱਤੀ ਹੈ ਜੀ? ਇਹਨੇ ਲਾਣੀ ਕੁਛ ਹੈ ਬਈ, ਛੱਡ 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 ਛੱਡ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਚੱਲ ਕਮਲੀਏ, ਚੱਲ 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 ਚੱਲ, ਅੱਲਾਹ ਤਾਲਾ ਮੇਰੇ ਵੀਰ ਦੇ ਨਸੀਬ ਕਰ। ਅਗਰ ਮੇਰੀ ਅੱਜ ਵਾਲੀ ਵੀਡੀਓ ਪਸੰਦ ਹੈ ਇਹਨੂੰ ਲਾਈਕ ਵੀ ਕਰਨਾ ਹੈ, ਸ਼ੇਅਰ ਵੀ ਕਰਨਾ ਹੈ, ਕਮੈਂਟ ਵੀ ਕਰਨਾ ਹੈ, ਇਹ ਤੁਹਾਡਾ ਆਪਣਾ ਚੈਨਲ, ਇਹਨੂੰ ਸਬਸਕ੍ਰਾਈਬ ਵੀ ਕਰਨਾ, ਔਰ ਨਾਲ ਹੀ ਲੱਗਿਆ ਬੈੱਲ ਆਈਕੋਨ ਦਾ ਬਟਨ ਉਹਨੂੰ ਹੀ ਦਬਾਉਣਾ ਹੈ, ਅਤੇ ਜਨਾਬੇ ਲਈ ਹਰ ਆਉਣ ਵਾਲੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਦੋਸਤਾਂ ਤੱਕ ਬਾਸਾਨੀ ਨਾ ਪਹੁੰਚਦਾ ਰਹੇ, ਅਤੇ ਦੁਆ ਕਰਨੀ ਨਜ਼ਰੇ ਬਾਅਦ ਤੋਂ ਵੀ ਚਾਹੇ, ਔਰ ਅੱਲਾਹ ਤਾਲਾ ਖੈਰੀ ਸਲਾਮਤੀ ਮੰਜ਼ਲੇ ਮਕਸੂਦ 'ਤੇ ਪਹੁੰਚਾਏ ਹਰ ਚੀਜ਼ ਮੇਰੇ ਵੀਰਾਂ ਦੇ ਸਾਹਮਣੇ ਜਨਾਬ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜਵੇਦ ਜਾਸਤਾਲਾ ਨਿਗਵਾਨ, ਪਾਕਿਸਤਾਨ ਜ਼ਿੰਦਾਬਾਦ।